ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲੇਬਰ ਕਾਰਡ ਬਾਰੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਜਿਸ ਨੂੰ ਲਾਭਪਾਤਰੀ ਕਾਪੀ ਵੀ ਕਹਿ ਦਿੰਦੇ ਹਾਂ, ਤਾਂ ਉਸ 'ਤੇ 3100 ਰੁਪਇਆ ਜਿਹੜਾ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਸਰਕਾਰ ਵੱਲੋਂ। ਤਾਂ ਉਸ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਹੋਰ ਸਕੀਮਾਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਗਵਰਨਮੈਂਟ ਆਫ ਪੰਜਾਬ ਦਾ ਜਿਹੜਾ ਅਫੀਸ਼ੀਅਲ ਪੇਜ ਹੈ, ਇੱਥੇ ਉਹਨਾਂ ਨੇ ਮੈਨਸ਼ਨ ਕੀਤਾ ਕਿ ਕਿਰਤ ਮੰਤਰੀ ਅਨਮੋਲ ਗਗਨਮਾਨ, ਜੋ ਕਿਰਤ ਮੰਤਰੀ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੁਆਰਾ ਉਸਾਰੀ ਕਿਰਤੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਸੰਬੰਧੀ ਵੱਖ ਵੱਖ ਸਕੀਮਾਂ ਅਧੀਨ 45 ਕਰੋੜ ਦੀ ਰਾਸ਼ੀ ਦੀ ਜਿਹੜੀ ਵੰਡ ਕੀਤੀ ਹੈ। ਤਾਂ ਦੋਸਤੋ, ਜਿਨ੍ਹਾਂ ਦੇ ਪੈਸੇ ਰੁਕੇ ਸੀ, ਟ੍ਰਾਂਸਫਰ ਨਹੀਂ ਕੀਤੇ ਗਏ ਸੀ, ਖਾਤੇ ਦੇ ਵਿੱਚ ਨਹੀਂ ਆਏ ਸੀ, ਤਾਂ ਹੁਣ ਸਰਕਾਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਦੇਵੇਗੀ, ਕਿਉਂਕਿ ਜਿਹੜੇ ਪੈਸਿਆਂ ਦੀ ਵੰਡ ਹੈ ਜਿਹੜੀ ਉਹ ਕਰ ਦਿੱਤੀ ਹੈ ਅਲੱਗ ਅਲੱਗ ਸਕੀਮਾਂ ਦੇ। ਬਾਕੀ ਹੋਰ ਪੈਸੇ ਜਿੰਨੇ ਵੀ ਰੁਕੇ ਨੇ, ਤਾਂ ਉਹ ਤੁਹਾਡੇ ਖਾਤੇ ਦੇ ਵਿੱਚ ਬਹੁਤ ਜਲਦੀ ਪਾਏ ਜਾਣਗੇ। ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਵੀ ਕਿਵੇਂ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ, ਵੀ ਕੋਈ ਇਹਦੇ ਵਿੱਚ ਓਬਜੈਕਸ਼ਨ ਲੱਗੀ ਹੈ ਜਾਂ ਨਹੀਂ ਲੱਗੀ, ਉਹ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗੀ, ਉਸਨੂੰ ਤੁਸੀਂ ਦੇਖ ਸਕਦੇ ਹੋ। ਫਿਲਹਾਲ ਤੁਹਾਡੇ ਲਈ ਇੰਨਾ ਹੀ, ਤੁਹਾਡਾ ਧੰਨਵਾਦ।